ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਲਓ ਜੀ, ਆਪਾਂ ਧੋ ਰਿਹਾਂਗੇ ਕੱਪੜੇ। ਇੱਕ ਤਾਰ ਹੈ ਜਿਹੜੀ ਕੱਪੜਿਆਂ ਦੀ ਭਰ ਦਿੱਤੀ ਹੈ, ਆਂਢੀਆਂ ਗੁਆਂਢੀਆਂ ਨੇ ਘਰ ਭਰ ਦਿੱਤੇ ਨੇ, ਬਹੁਤ ਸਾਰੇ ਨੇ ਕੱਪੜੇ ਧੋਣ ਵਾਲੇ। ਅਤੇ ਕਿਉਂਕਿ ਸੋਚਿਆ ਹੋਇਆ ਸੀ, ਪਰਦੇ ਪੁਰਦੇ ਪਏ ਸੀ ਧੋਣ ਵਾਲੇ, ਵੀ ਜਿਸ ਦਿਨ ਨਾ ਉੱਧਰ ਲੈ ਕੇ ਗਏ ਸਮਾਨ ਵੀ ਦੂਸਰੇ ਘਰ 'ਚ ਸ਼ਿਫਟ ਹੋਏ ਜੀ, ਉਸ ਦਿਨ ਸਾਰੇ ਕੱਪੜੇ ਧੋਵਾਂਗੇ, ਸਰਦੀਆਂ ਵਾਲੇ ਵੀ, ਕੰਬਲ ਵੀ, ਪਰਦੇ ਵੀ। ਇੱਕ ਵਾਰ ਜੀ ਧੋ ਕੇ ਫਿਰ ਸੰਭਾਲੇ ਜਾਣਗੇ, ਕਿਉਂਕਿ ਮਿੱਟੀ ਘੱਟਾ ਬਹੁਤ ਉੱਡ ਰਿਹਾ ਸੀ, ਪਰ ਜਦੋਂ ਅੱਜ ਕੱਪੜੇ ਧੋ ਰਿਹਾ ਸੀ, ਅੱਜ ਵੀ ਉੱਡ ਰਿਹਾ ਇਹ ਮਿੱਟੀ ਘੱਟਾ, ਜੀ ਇਸ ਤਰ੍ਹਾਂ ਹੀ ਉੱਡੂਗਾ। ਚਲੋ ਕੋਈ ਗੱਲ ਨਹੀਂ ਜੀ, ਆਪਾਂ ਨੂੰ ਕੰਮ ਕਰਨਾ ਹੀ ਪਊਗਾ, ਹੈ ਨਾ। ਆਪਾਂ ਕੰਮ ਕਰ ਲੈਂਦੇ ਹਾਂ ਅਤੇ ਕੱਪੜੇ ਧੋ ਧੋ ਕੇ ਆਪਾਂ ਪਾ ਦਿੰਦੇ ਹਾਂ ਸੁੱਕਣੀ, ਅਤੇ ਥੋੜ੍ਹਾ ਜਿਹਾ ਫਿਰ ਸਾਹ 'ਚ ਸਾਹ ਆਊਗਾ। ਅਤੇ ਸਭ ਤੋਂ ਜ਼ਿਆਦਾ ਭੈਣਾਂ ਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਸਰਦੀਆਂ ਵਾਲੇ ਕੱਪੜੇ ਧੋ ਕੇ ਕੰਬਲ ਸਾਂਭੇ ਜਾਣ ਜੀ। ਐਂ ਲੱਗਦਾ ਵੀ ਸ਼ਾਂਤੀ ਆ ਗਈ, ਕੰਮ ਹੈ ਜਿਹੜਾ ਕਾਫੀ ਜ਼ਿਆਦਾ ਘੱਟ ਗਿਆ, ਪਰ ਕੰਮ ਕਦੇ ਵੀ ਔਰਤਾਂ ਦੇ ਘੱਟਦੇ ਨਹੀਂ ਹੁੰਦੇ। ਅਤੇ ਖਾਸ ਕਰਕੇ ਜਦ ਮਿਸਤਰੀ ਲੱਗਿਆ ਹੋਵੇ ਜੀ, ਤੁਹਾਨੂੰ ਪਤਾ ਵੀ ਕਿੰਨਾ ਜ਼ਿਆਦਾ ਕੰਮ ਹੁੰਦਾ ਹੈਗਾ। ਕੋਈ ਗੱਲ ਨਹੀਂ, ਆਪਾਂ ਹਿੰਮਤ ਬਣਾ ਕੇ ਰੱਖਣੀ ਹੈ ਅਤੇ ਕੰਮ ਖਿੱਚਦੇ ਰਹਿਣਾ। ਇੱਕ ਵਾਰੀ ਆਪਣਾ ਘਰ ਢਹਿ ਜੇ, ਨਵੇਂ ਘਰ ਦੀ ਨਿਉਂ ਟਿਕ ਜੇ, ਫਿਰ ਸਾਰਾ ਕੁਛ ਹੌਲੀ ਹੌਲੀ ਸੈਟਿੰਗ ਹੋ ਜੂ। ਲਓ ਜੀ, ਕਾਫੀ ਜ਼ਿਆਦਾ ਕੱਪੜੇ ਆਪਾਂ ਧੋ ਦਿੱਤੇ ਨੇ, ਅਤੇ ਨਵੇਂ ਕੱਪੜੇ ਆਪਾਂ ਹੋਰ ਧੋਵਾਂਗੇ, ਸਾਂਭਾਂਗੇ, ਬਹੁਤ ਸਾਰੇ ਕੰਮ ਕਰਾਂਗੇ, ਨਾਲੇ ਤੁਹਾਡੇ ਨਾਲ ਵਲੌਗ ਸ਼ੇਅਰ ਕਰ ਦਿਆਂਗੇ। ਅਤੇ ਬਾਕੀ ਵਲੌਗ 'ਤੇ ਬਣੇ ਰਹੋ ਜੀ। ਅਜੇ ਤੱਕ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ, ਪਲੀਜ਼ ਸਬਸਕ੍ਰਾਈਬ ਕਰਨਾ, ਬਿਲਕੁਲ ਨਾ ਭੁੱਲਣਾ। ਅਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਸਮਾਨ ਜਿਹੜਾ ਆਪਾਂ ਸਮਾਨ ਆ ਵੀ ਕਿਸ ਤਰ੍ਹਾਂ ਸੈਟਿੰਗ ਕਰਕੇ ਰੱਖਿਆ। ਪਹਿਲਾਂ ਆਪਾਂ ਸਾਰਾ ਕੱਪੜਾ ਲੀੜਾ ਧੋ ਲਈਏ, ਠੀਕ ਹੈ। ਅਤੇ ਆਪਣੇ ਘਰ ਢਾਉਣ ਵਾਲੇ ਲੱਗੇ ਹੋਏ ਨੇ, ਘਰ ਵੀ ਆਪਣਾ ਜਲਦੀ ਢਹਿ ਜੂਗਾ, ਅਤੇ ਆਪਾਂ ਕੰਮ ਧੰਦਾ ਕਰ ਲਈਏ। ਅਤੇ ਇੱਧਰ ਆਪਣਾ ਬੁਟੀਕ ਹੈ ਜੀ, ਇਹਦੇ ਵਾਸਤੇ ਰੂੜੀ ਕੁੱਟੀ ਜਾ ਰਹੀ ਹੈਗੀ, ਅਤੇ ਨਾਲ ਹੁੰਦੇ ਰੂੜੀ ਕੁੱਟ ਕੁੱਟ ਕੇ ਇਹਦੇ ਵਿੱਚ ਪਾ ਰਹੇ ਨੇ, ਫਿਰ ਜਲਦੀ ਹੀ ਇਹਦੇ ਵਿੱਚ ਫਰਸ਼ ਲੱਗ ਜੂਗਾ, ਪਲਸਤਰ ਇਹ ਅੰਦਰੋਂ ਹੋ ਗਿਆ। ਅਤੇ ਇੱਕ ਸਾਰੀਆਂ ਭੈਣਾਂ ਤੋਂ ਜਿੰਨੇ ਵੀ ਮੇਰੇ ਕਸਟਮਰ ਬਣੇ ਹੋਏ ਨੇ, ਉਹਨਾਂ ਤੋਂ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਸਾਰਿਆਂ ਦੇ ਪਾਰਸਲ ਥੋੜ੍ਹੇ ਲੇਟ ਜਾਣਗੇ, ਕਿਉਂਕਿ ਜੀ ਜਿਹੜਾ ਬੁਟੀਕ ਵਾਲਾ ਕਮਰਾ ਉਹਨੂੰ ਰੂਮ ਹੈ ਜਿਹੜਾ ਬੰਦ ਕਰ ਦਿੱਤਾ ਹੈਗਾ, ਕਿਉਂਕਿ ਉੱਧਰ ਘੱਟ ਹੋਣ ਕਰਕੇ ਉਹਨੂੰ ਲੋਕ ਹੀ ਲਗਵਾਤਾ। ਉਹਦੇ ਉੱਪਰ ਅੱਗੇ ਵੀ ਕਾਫ਼ੀ ਜ਼ਿਆਦਾ ਜਿਹੜਾ ਆਪਣਾ ਮਟੀਰੀਅਲ ਸੀ ਉਹ ਡਿੱਗ ਪਿਆ, ਅਤੇ ਉਹ ਘਰ ਆਪਣਾ ਜੇ ਉਹ ਰੂਮ ਅਜੇ ਬੰਦ ਹੀ ਰਹੂਗਾ 2-3 ਦਿਨ, ਇਸ ਕਰਕੇ ਪਾਰਸਲ ਲੇਟ ਹੋਣਗੇ। ਫਿਰ ਉੱਥੋਂ ਸਮਾਨ ਕੱਢਾਂਗੇ ਅਤੇ ਫਿਰ ਪਾਰਸਲ ਤੋਰਾਂਗੇ, ਅਜੇ ਉਹ ਠੀਕ ਨਹੀਂ ਆ ਰਿਹਾ, ਬੰਦ ਰਹੂਗਾ ਘਰ, ਠੀਕ ਹੈ। ਅਤੇ ਥੋੜ੍ਹਾ ਜਿਹਾ ਭੈਣ ਬਣ ਕੇ ਤੁਸੀਂ ਵੀ ਅੰਡਰਸਟੈਂਡ ਕਰੋ, ਸਾਡੀ ਵੀ ਮਜਬੂਰੀ ਹੋ ਗਈ, ਨਹੀਂ ਤੁਹਾਨੂੰ ਕੱਪੜੇ ਬਹੁਤ ਜਲਦੀ ਆਪਾਂ ਭੇਜ ਦੇਣੇ ਸੀ। ਏਸੀ ਪੱਟਿਆ ਗਿਆ ਆਪਣਾ, ਪੱਖੇ ਲਾ ਦੇ, ਲਾ ਰਹੇ ਨੇ ਜਸੀ ਆਈ ਨਾ, ਤੁਹਾਨੂੰ ਪਹਿਲੀ ਆ ਗਿਆ ਸੀ ਆਈਡੀਆ ਵੀ ਕੱਲ ਨੂੰ ਆਉਣੀ ਹੈਗੇ। ਇਸ ਘਰ ਨਾਲ ਪਾਈਪ ਵਾਲਾ ਪਾਣੀ ਜਾਂਦਾ ਨੀ ਆਪਣੀ ਮਸ਼ੀਨ ਚ, ਇੱਕ ਹੁੰਦਾ ਪਾਈਪ ਵਾਲਾ ਉਹ ਨਾਲ ਵੀ ਹੈ ਨੀ, ਇੱਥੇ ਨਾ ਬਟਨ ਜਿਹਾ ਹੁੰਦਾ ਹੈਗਾ।
ਕਹਿੰਦੇ ਆਟੋਮੈਟਿਕ ਮਸ਼ੀਨ ਲਿਆ ਵੀ ਆਟੋਮੈਟਿਕ ਐਵੇਂ ਧੋ ਦੂਗੀ ਜੇ ਹੱਥ ਨੇ ਹਨੇਰੀ ਆ ਗਈ ਸਾਰੇ ਤੇ ਘਰ ਭਾਲਨੇ ਪੈਣਗੇ ਕਿਆ ਦਿਨ ਆ ਗਏ ਹੈ ਇਹ ਦਿਨ ਦੇਖਣੇ ਪੈਣੇ ਸੀ ਨਵੇਂ ਕੱਪੜੇ ਨਾ ਇੰਨੇ ਦਿਨਾਂ ਧੋਣ ਵਾਲੇ ਪੈਣੇ ਰੋਜ਼ ਕਹਿੰਦੀ ਮੈਂ ਗਰਦਾ ਜਿੱਦੇ ਗਰਦਾ ਨਹੀਂ ਹੋਇਆ ਫਿਰ ਧੋਵਾਂਗੇ ਨਹੀਂ ਇੱਧਰ ਧਰਿਆ ਫਿਰ ਧੋ ਸਮਾਰ ਕੇ ਸੁਕਾ ਕੇ ਧਰਦਾ ਐਂ ਪਤਾ ਨਹੀਂ ਜਿੱਦੇ ਧੋਣੇ ਪੈਣੇ ਉਦੋਂ ਵੀ ਬੁਰਾ ਹਾਲ ਹੋ ਜਾਵੇ ਸ਼ੁਕਰਵਾਰ ਅੱਜ ਗੁੱਡ ਫਰਾਈਡੇ ਹੈ ਗੁੱਡ ਫਰਾਈਡੇ ਛੁੱਟੀ ਹੈ ਨੈਕਸਟ ਡੇ ਹੋ ਗਿਆ ਅੱਜ ਕੱਲ ਤੁਹਾਡੇ ਤੋਂ ਬਲੌਗ ਬਣਿਆ ਨਹੀਂ ਹੈਗਾ ਬੀਜੀ ਵਾਲੇ ਰਾਤ ਲਾਈਵ ਚ ਦੱਸਿਆ ਹੁਣ ਇੱਧਰ ਚਾਹ ਧਰੀ ਹੋਈ ਹੈ 9:30 ਹੋ ਗਏ ਸਬਜ਼ੀ ਬਣ ਗਈ ਹੈ ਦਾਲ ਬਣੀ ਪਈ ਹੈ ਸਾਰੇ ਹੁਣ ਘਰ ਜਿਹੜਾ ਹੋ ਰਿਹਾ ਸੀ ਹੋਰ ਸਮਾਨ ਉਹ ਵੀ ਖਾਲੀ ਕਰਿਆ ਗਾ ਹਜੇ ਉੱਧਰ ਢੇਰ ਲੱਗੇ ਪਏ ਹੋਰ ਸਮਾਨ ਸਾਹਮਣੇ ਅਸਾਂ ਸਮਾਨ ਸਾਂਭ ਸਾਂਭ ਕੇ ਛੱਡ ਕੇ ਤਾਂ ਆਹ ਸਮਾਨ ਸਾਂਭ ਦੋ ਸਾਂਭ ਤਾਂ ਫਿਰ ਹੋਰ ਆ ਗਿਆ ਉਹ ਸਾਂਭ ਦੋ ਸਾਂਭ ਤਾਂ ਫਿਰ ਹੋਰ ਆ ਗਿਆ ਉਹ ਸਾਂਭ ਤਾਂ ਫਿਰ ਹੋਰ ਆ ਗਿਆ ਇੰਨਾ ਸਮਾਨ ਪਤਾ ਨਹੀਂ ਕਿੱਧਰੋਂ ਆਇਆ
ਲਓ ਜੀ ਆਪਣਾ ਘਰ ਆ ਜਿਹੜਾ ਢਹਿ ਜੂਗਾ ਅਤੇ ਬਸ ਬੁਟੀਕ ਵਾਲਾ ਕਮਰਾ ਰਹਿੰਦਾ ਹੈਗਾ ਉਹ ਵੀ ਜੇ ਇੱਧਰ ਤਿਆਰ ਨਹੀਂ ਹੋਇਆ ਸੀ ਬੁਟੀਕ ਨਵਾਂ ਤਾਂ ਕਰਕੇ ਉਹਨੂੰ ਛੱਡਿਆ ਹੋਇਆ ਉਂਝ ਉਹ ਬੰਦ ਹੈ ਜੀ ਉਹਦੇ ਵਿੱਚੋਂ ਕੋਈ ਕੱਪੜਾ ਜਿਹੜਾ ਆਪਾਂ ਕੱਢ ਨਹੀਂ ਸਕਦੇ ਹੈ ਨਾ ਅੱਗੇ ਉਹਦੇ ਬਹੁਤ ਜ਼ਿਆਦਾ ਡਿੱਗ ਪਿਆ ਕਬਾੜ ਡਿੱਗ ਪਿਆ ਹੈਗਾ ਅਤੇ ਉਹ ਬੰਦ ਵੀ ਨਹੀਂ ਹੁੰਦਾ ਹੁਣ ਉਹ ਖੁੱਲ੍ਹਦਾ ਵੀ ਨਹੀਂ ਹੈਗਾ ਹੁਣ ਅਤੇ ਦੇਖਦੇ ਹਾਂ ਸ਼ਾਮ ਤੱਕ ਜਾਂ ਕੱਪੜੇ ਕੱਢ ਲੈਂਦੇ ਉਹਨਾਂ ਵਿੱਚੋਂ ਕਹਿ ਰਹੇ ਨੇ ਵੀ ਇਹ ਜਲਦੀ ਖਾਲੀ ਕਰ ਦਿਓ ਸੀ ਸਾਰੀ ਛੱਤ ਹੈ ਜਿਹੜੀ ਡਿੱਗਣੀ ਹੈਗੀ ਹਨੇਰੇ ਤੱਕ ਕੰਮ ਕਰਨਗੇ ਕਿਉਂਕਿ ਆਪਣਾ ਠੇਕਾ ਕਰਿਆ ਹੋਇਆ ਇਹਨਾਂ ਨਾਲ ਅਤੇ ਇੱਕ ਮੈਂ ਤੁਹਾਨੂੰ ਵੀ ਇਹ ਸਲਾਹ ਦਿਉਂਗੀ ਜੀ ਤੁਸੀਂ ਵੀ ਅਗਰ ਨਵਾਂ ਘਰ ਪਾਉਣਾ ਹੈ ਨਾ ਮਤਲਬ ਕਿ ਨਵਾਂ ਨਹੀਂ ਜੇ ਤੁਸੀਂ ਪੁਰਾਣਾ ਘਰ ਢਾਹ ਕੇ ਉਸ ਜਗ੍ਹਾ 'ਤੇ ਬਣਾ ਰਹੇ ਹੋ ਤੁਸੀਂ ਘਰ ਢਾਉਣ ਦਾ ਠੇਕਾ ਹੀ ਕਰਿਓ ਕਿਉਂਕਿ ਜੀ ਲੈਂਟਰ ਢਾਉਣੇ ਬਹੁਤ ਜ਼ਿਆਦਾ ਮੁਸ਼ਕਿਲ ਦੇ ਦਿਹਾੜੀ ਨਾਲ ਬਿਲਕੁਲ ਵੀ ਕੰਮ ਨਹੀਂ ਨਿਬੜਦਾ ਉਹ ਗੱਲ ਵੱਖਰੀ ਆ ਹੈ ਨਾ ਅਗਰ ਤੁਸੀਂ ਸਾਰੇ ਜਣੇ ਰਲ ਕੇ ਖੁਦ ਆਪ ਢਾਹ ਦੋਗੇ ਉਹ ਗੱਲ ਵੱਖਰੀ ਆ ਪਰ ਦਿਹਾੜੀ 'ਤੇ ਲੈਂਟਰ ਢਾਉਣੇ ਬਹੁਤ ਔਖੇ ਨੇ ਕੰਧ ਢਹਿ ਜਾਂਦੀ ਆ ਜੀ ਲੈਂਟਰ ਨਹੀਂ ਢਹਿੰਦੇ ਹੈਗੇ ਜਾਂ ਜੇ ਟਾਈਲ ਵਾਲੇ ਤਾਂ ਉਹ ਵੀ ਜਲਦੀ ਢਹਿ ਜਾਂਦਾ ਲਓ ਜੀ ਇੱਧਰ ਆਪਣੇ ਕੱਪੜੇ ਜਿਹੜੇ ਕੰਬਲ ਨੇ ਕੱਲ੍ਹ ਸੁੱਕੇ ਨਹੀਂ ਸੀ ਦੁਬਾਰਾ ਪਾਏ ਨੇ ਕੁਛ ਕੁ ਆਪਣੇ ਕੋਟ ਕੂਟ ਹੋਰ ਨੇ ਜਿਹੜੇ ਮਾਸਟਰ ਜੀ ਦੇ ਬਲੇਜ਼ਰ ਗਰਮ ਕੋਟ ਹੋਰ ਨਿਕਲ ਆਏ ਨੇ ਇਹ ਵੀ ਚਲੋ ਸੁੱਕ ਜਾਣਗੇ ਅੱਜ ਫਿਰ ਸਾਰੇ ਕੱਪੜੇ ਇਕੱਠੇ ਸਾਂਭੇ ਜਾਣਗੇ ਇਹ ਵੀ ਤਾਰ ਹੁਣ ਆਪਾਂ ਇੱਥੋਂ ਖੋਲ੍ਹਦੇ ਨਹੀਂ ਪੱਕੀ ਪਰਮਾਨੈਂਟ ਇੱਥੇ ਤਾਰ ਰੱਖਾਂਗੇ ਜਦ ਤੱਕ ਆਪਣਾ ਇੱਧਰੋਂ ਪਤਾ ਨਹੀਂ ਲੱਗਦਾ ਵੀ ਕਿੱਥੇ ਤਾਰ ਬੰਨ੍ਹਣੀ ਹੈ ਕਿਉਂਕਿ ਫਿਰ ਕਹਿੰਦੇ ਨੇ ਡਿੱਕਾ ਲਾਉਂਦੀ ਤਾਰ ਇੱਧਰ ਬੰਨ੍ਹਤੀ ਇੱਧਰ ਬੰਨ੍ਹਤੀ ਇਸ ਕਰਕੇ ਬਾਹਰ ਹੀ ਰੱਖਾਂਗੇ ਆਪਾਂ ਹਾਂਜੀ ਜਿਹੜਾ ਟਾਈਮ ਹੋ ਗਿਆ ਜੀ ਦੁਪਹਿਰ ਦਾ ਹੋ ਗਿਆ ਅਤੇ ਰੋਟੀ ਰੁਟੀ ਖਾ ਲਈ ਆਪਾਂ ਸਾਡੇ ਨਾ ਪੰਜੀਰੀ ਦਾ ਸਮਾਨ ਲਿਆਂਦਾ ਪਿਆ ਸੀ ਦਸੰਬਰ ਦਾ ਹਜ਼ੂਰ ਸਾਹਿਬ ਜਾਣ ਤੋਂ ਪਹਿਲਾਂ ਤਾਂ ਸਾਨੂੰ ਟਾਈਮ ਨਹੀਂ ਲੱਗਿਆ ਫਿਰ ਸ਼ਹੀਦੀ ਦਿਹਾੜੇ ਚੱਲ ਪਏ ਫਿਰ ਹਜ਼ੂਰ ਸਾਹਿਬ ਚਲੇ ਗਏ ਫਿਰ ਆ ਕੇ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਬਸ ਸਾਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਕੱਲ੍ਹ ਦੀ ਉਹ ਦੂਜੀ ਭੈਣ ਆ ਰਹੀ ਇਹਦੇ ਹੈਲਪ ਕਰਵਾਉਣ ਮੀਤਾ ਉਹਦੇ ਕੋਲ ਮੈਂ ਗੱਲ ਕਰਤੀ ਮੈਂ ਪੰਜੀਰੀ ਦਾ ਸਮਾਨ ਪਿਆ ਉਹ ਕਹਿੰਦੇ ਕਿਉਂ ਕੌਲ ਕਰੀ ਲੈ ਮੈਂ ਰਲਾ ਕੇ ਦੇਵਾਂ ਸਮਾਨ ਖਰਾਬ ਕਰੂੰਗੀ ਆ ਇਹ ਆਪਣੇ ਕੋਲ ਸਮਾਨ ਆ ਜੀ ਲਿਆਂਦਾ ਪਿਆ ਦੇਖੋ ਗੂੰਦ ਹੋ ਗਈ ਮੂਸਲੀ ਹੋ ਗਈ ਕਾਫੀ ਸਮਾਨ ਸੀ ਇਹ ਸਾਰਾ ਪਹਿਲਾਂ ਪਾਹਾ ਕੱਢ ਲੈਂਦੇ ਹਾਂ ਕਿਉਂ ਚੱਲ ਪਾਲੀ ਥੋੜ੍ਹੇ ਜਿਹੇ ਮਖਾਣੇ ਪਹਿਲਾਂ ਆਪਾਂ ਘਿਓ ਵਿੱਚ ਦੀ ਮਖਾਣੀ ਕੱਢ ਲਾਂਗੇ ਫਿਰ ਬਸ ਆਟਾ ਭੁੰਨ ਲਾਂਗੇ ਅਸੀਂ ਕੜਾਹੀ 'ਚ ਬਸ ਇੱਕ ਕਿਲੋ ਕੁ ਘਿਓ ਦੀ ਰਲਾ ਲੈਂਦੇ ਹਾਂ ਠੀਕ ਹੋ ਵੀ ਸਮਾਨ ਖਰਾਬ ਹੋਈ ਜਾਂਦਾ ਕੁਛ ਆਇਆ ਤਾਂ ਨਹੀਂ ਅਜੇ ਇਹ 'ਚ ਖਸ ਖਸ ਹੈ ਸਿਆਰ ਵਾਲਾ ਸਮਾਨ ਹੈ ਵਿਚਾਰਾ ਇਹ ਸੋ ਸੀਗਾ ਕੀ ਕਹਿੰਦੇ ਹੁੰਦੇ ਨੇ ਪਤਾ ਨਹੀਂ ਬਿਕੁੱਟ ਪਤਾ ਨਹੀਂ ਕੀ ਆ ਇਹੋ ਜਿਹਾ ਕੁਛ ਨਾਮ ਜਿਹਾ ਸੀ ਇਹ 'ਚ ਹੋ ਗਈ ਜੀ ਆਪਣੀ ਕਮਰ ਕੱਸ ਸੀ ਇੱਕ ਦੇ ਵਿੱਚ ਇਹ 'ਚ ਕਮਰ ਕੱਸ ਸੀ ਇਹ 'ਚ ਮੂਸਲੀ ਘਰ ਕਹਿ ਗਿਆ ਅੱਜ ਆਪਣਾ ਵਿਚਾਰਾ ਪਹਿਲੀ ਵਾਰ ਨੰਬਰ ਪਹਿਲੇ ਭਾਵੇਂ ਭੈਣ ਭਾਈ ਕਮੈਂਟ ਕਰਦੇ ਤੁਹਾਡਾ ਬਾਜਨ ਬਹੁਤ ਜ਼ਿਆਦਾ ਵੱਧ ਗਿਆ
ਪਤਾ ਨਹੀਂ ਕਿਉਂ ਵੱਧ ਜਾਂਦਾ ਮੇਰਾ 2 ਕਿਲੋ ਹੀ ਵਧਿਆ ਸਿਆਲ 'ਚ, ਹਰ ਸਾਲ ਮੇਰਾ 2 ਕਿਲੋ ਵੱਧਦਾ, ਪਤਾ ਨਹੀਂ ਕਿਉਂ ਹੋਰ ਹੀ ਫਲੋਟ ਜੀ ਹੋ ਗਈ। ਮੈਂ ਤਾਂ ਹਜੇ ਕਾਟਨ ਦੇ ਗਰਮੀ ਵਾਲੇ ਸੂਟ ਨਹੀਂ ਸਿਲਾਏ ਹੋਣਾ, ਰੇਸ਼ਮੀ ਸੂਟਾਂ 'ਚ ਗਰਮੀ ਆਉਣ ਲੱਗ ਜਿੰਨੀਆਂ ਸਿਲਾਉਣੇ 5-6 ਸੂਟ ਪਿਛਲੇ ਸਾਲ ਵਾਲੇ ਮੇਰੇ ਆ ਨਹੀਂ ਰਹਿ ਪਏ ਸਾਰੇ ਭੀੜੇ। ਸਭ ਦੋਨੇ ਚੱਲਦੇ ਆ, ਮਿਣਕੇ ਨਾਲ ਘਿਓ ਪਾਇਆ ਆਟਾ ਪਾਇਆ। ਚੰਗੀ ਤਰ੍ਹਾਂ ਜਦੋਂ ਆਟਾ ਵਾਸਨਾ ਆਉਣ ਲੱਗ ਗਈ, ਬਰਾਊਨ ਹੋ ਗਿਆ, ਫਿਰ ਸਮਾਨ ਪਾਵਾਂਗੇ ਆਪਾਂ। ਲਓ ਜੀ, ਆਟਾ ਆਪਣਾ ਭੁੰਨਿਆ ਗਿਆ, ਪਤਾ ਨਹੀਂ ਵੀਡੀਓ 'ਚ ਘੱਟ ਲਾਲ ਲੱਗਦਾ ਹੁੰਦਾ, ਤਾਂ ਕਾਫੀ ਬਰਾਊਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਸਮਾਨ ਪਾਉਂਦੇ ਹਾਂ, ਇਹ ਆਪਾਂ ਮਿਕਸ ਕਰਦੇ ਹਾਂ ਸਾਰਾ ਕੁਛ, ਇਹ ਆਪਾਂ ਥੋੜ੍ਹਾ ਜਿਹਾ ਲੇਟ ਪਾਵਾਂਗੇ। ਪਹਿਲਾਂ ਵੀ ਤਾਂ ਗੁੰਦ ਪਾਈਏ, ਨਾ ਪਾਈਏ, ਇਹ ਆਪਾਂ ਇਕੱਠੀ ਪਾ ਦਿੰਦੇ ਹਾਂ। ਸਮਾਨ ਹੋ ਗਿਆ, ਇਹ ਆਪਾਂ ਖਸ ਖਸ ਅਤੇ ਗੂੰਦ ਪਾ ਦਿੱਤੀ, ਨਹੀਂ ਤਾਂ ਇਹ ਫੁੱਲ ਜੇ ਜਾਊਗੀ, ਨਹੀਂ ਪੱਕ ਨਹੀਂ ਜਾਊਗੀ। ਬਾਕੀ ਸਮਾਨ ਵੀ ਪਾਉਣਾ ਨਾਲ, ਥੋੜ੍ਹਾ ਗੈਸ ਆਪਾਂ ਬੰਦ ਕਰਤਾ, ਪੂਰੇ ਗਰਮ ਆ ਨਾ ਸਾਰਾ ਕੁਛ, ਅਜੇ ਬਸ ਇਹ ਥੋੜ੍ਹਾ ਜਿਹਾ ਆਟਾ ਵੀ ਹੋਰ ਭੁੱਜਣਾ ਜਾਵੇ ਅਤੇ ਨਾਲੇ ਆਪਣੇ ਪੱਕ ਜਾਵੇ।
ਥੋੜਾ ਜਿਹਾ ਘਟਿਆ ਸੇਕ, ਮੈਂ ਆਪਣੇ ਸਮਾਨ ਪਾ ਦਿੰਦੀ ਆਪਣੀਆਂ ਦਵਾਈਆਂ, ਕਮਰ ਦਰਦ ਤੋਂ ਲਈ ਸਾਰੀਆਂ ਦਵਾਈਆਂ। ਇਹਦੇ ਨਾਲ ਵੀ ਲਾਲ ਜਿਹੀ ਹੋ ਜਾਊ, ਉਹਦੇ ਵਿੱਚ ਜਿਹੜੀ ਕਮਰ ਕਸ ਸੀ ਉਹ ਲਾਲ ਜਿਹੀ ਹੁੰਦੀ। ਜਿਹੜੇ ਆਪਾਂ ਮਖਾਣੇ ਰੱਖੇ ਸੀ ਆਪਣਾ ਉਹ ਪਾ ਤੇ, ਬਹੁਤ ਜ਼ਿਆਦਾ ਕੁੰਡੇ ਗਰਮ ਨੇ ਗਰਮੀ ਦਾ ਮਹੀਨਾ ਕਰਕੇ, ਆਪਾਂ ਆਪਣੇ ਮਖਾਣੇ ਵੀ ਪਾ ਦਿੱਤੇ ਨੇ ਖਾ ਲਓ। ਹਾਂਜੀ ਜੀ, ਫਰਿੱਜ ਥੋੜ੍ਹੀ ਠੰਡੀ ਕਰਕੇ ਉਹ ਪਾਪੜ ਜਾ ਨਹੀਂ ਬਣ ਜਾਂਦਾ, ਫਿਰ ਉਹ ਚਾਹ ਨਾ ਬਿਸਕੁਟ ਮੌਕਾ ਬੰਦਾ ਐਂ ਵਧੀਆ ਲੱਗਦੀ ਹੁੰਦੀ ਹੈ। ਪਾਈਏ ਵੀ ਤਾਂ ਚੀਨੀ, ਜੀ ਖੰਡ ਵੀ ਪਾ ਦਿੰਦੇ ਹਾਂ, ਚੀਨੀ ਵੀ ਆਪਾਂ ਪਾ ਦਿੱਤੀ ਹੈ। ਪਤਾ ਉਹ ਮੈਂ ਵੀਡੀਓ ਬਣਾਉਣ ਵਾਲੀ ਮੀਤਾਂ ਦਾ ਖਰਚੀ ਫੇਰ ਰਹੀ ਆ, ਮੈਂ ਇਕੱਲੀਆਂ ਇੱਥੇ ਹੋਈ ਹੋ ਰਹੇ ਨਹੀਂ ਤਾਂ, ਇਸ ਕਰਕੇ ਨਾਲ ਮੈਨੂੰ ਦਿਖਾਇਆ ਨਹੀਂ ਜਾ ਰਿਹਾ ਪਾਉਂਦੇ ਹੋਏ। ਆਪਾਂ ਖੰਡ ਥੋੜ੍ਹੀ ਹੋਈ ਰੱਖੀ ਹੈਗੀ, ਦੇਸੀ ਖੰਡ ਪਾਈ ਹੈ ਇਹ 'ਚ, ਜ਼ਿਆਦਾ ਮਿੱਠੇ ਤੋਂ ਕੁਛ ਹੋਣਾ। ਲਓ ਜੀ, ਪੰਜੀਰੀ ਆਪਾਂ ਬਣਾ ਲਈ ਸੀ ਅਤੇ ਕਾਫੀ ਟਾਈਮ ਹੋ ਗਿਆ, ਖਾ ਵੀ ਲਈ ਸਾਰਿਆਂ ਨੇ। ਇਸ ਤਰ੍ਹਾਂ ਦੀ ਬਣੀ ਆ ਆਪਣੀ ਪੰਜੀਰੀ, ਠੰਡੀ ਹੋ ਗਈ, ਆਪਾਂ ਕਿਸੇ ਭਾਂਡੇ 'ਚ ਕੱਢ ਲਾਂਗੇ ਹੁਣ, ਇਹਨੂੰ ਗਰਮ ਵਾਲੀ ਸੀ ਪਹਿਲਾਂ, ਠੰਡੀ ਨੂੰ ਕੱਢ ਲਾਂਗੇ। ਟਾਈਮ ਵੀ ਕਾਫੀ ਹੋ ਗਿਆ, 5:15 ਵੱਜ ਗਏ ਨੇ, 5:30 ਚਾਹ ਪੀ ਰਹੇ ਨੇ, ਘਰ ਢਾਉਣ ਵਾਲੇ ਹਨੇਰੇ ਤੱਕ ਕਰਨੇ ਵੀ ਕੰਮ। ਇੱਧਰ ਆਪਣੇ ਫਰਸ਼ ਲੱਗਣ ਦੀ ਤਿਆਰੀ ਹੋ ਰਹੀ ਹੈ, ਘਰ ਵੀ ਦਿਖਾ ਦਈਏ ਤੁਹਾਨੂੰ, ਉੱਪਰ ਉੱਪਰ ਨਹੀਂ ਆਉਂਦੀ ਖਤਰਾ, ਇਸ ਕਰਕੇ ਜੀ ਪਾਰਸਲ ਨਹੀਂ ਜਾ ਰਹੇ। ਦੇਖੋ ਤੁਸੀਂ ਕੱਪੜੇ ਬੁਟੀਕ 'ਚ ਨੇ, ਪਰ ਅੱਗੋਂ ਤੋਂ ਬੰਦ ਕਰ ਦਿੱਤਾ। ਇਹ ਆਪਣੀ ਰਸੋਈ ਰਹਿ ਜੂਗੀ ਢਾਉਣ ਵਾਲੀ, ਇਹ ਆ ਤਾਂ ਅੱਜ ਢਾਕ ਕੇ ਜਾਣਗੇ, ਬਸ ਥੋੜ੍ਹਾ ਜਿਹਾ ਬਰਾਂਡਾ ਰਹਿ ਗਿਆ। ਇਹ ਆਪਣਾ ਬੈੱਡਰੂਮ ਪੂਰਾ ਢਾਉਣਾ ਜੀ, ਇਹਦੀ ਛੱਤ ਸਾਰੀ, ਅਤੇ ਜਿਹੜਾ ਆਪਣਾ ਇਹ ਸਟੋਰ ਰੂਮ ਹੈ ਜੀ, ਅਤੇ ਇਹ ਆਪਾਂ ਹਾਫ ਦਾ ਮੰਗ ਅੱਧਾ ਇਹਨੂੰ ਪ੍ਰਸ਼ਕਤੀ ਦੇ ਤੌਰ 'ਤੇ ਵਰਤ ਲਾਂਗੇ, ਅੱਧੇ ਨੂੰ ਅੱਧਾ ਲੈਂਟਰ ਕੱਟਦਾ ਵੀ ਹੈਮਰ ਨਾਲ, ਉੱਪਰ ਇਹਦੇ ਛੱਤ ਪੈ ਜੂਗਾ, ਫਿਰ ਇਹ ਪ੍ਰਸ਼ਕਤੀ ਦੇ ਤੌਰ 'ਤੇ ਵਰਤਿਆ ਜਾਊਗਾ ਸਟੋਰ ਰੂਮ। ਠੀਕ ਹੈ, ਕਿੰਨਾ ਕੁਛ ਨਿਕਲਿਆ, ਦਿਲ ਛਿਪ ਗਿਆ ਬਿਲਕੁਲ। ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ। ਠੀਕ ਹੈ, ਕੰਬਲ ਥੋੜ੍ਹਾ ਜਿਹਾ ਗਿੱਲਾ ਸੀ ਬਸ, ਬਾਕੀ ਸਾਰੇ ਸੁੱਕ ਕੇ ਨਿਕਲਾ ਹੀ ਰਹਿ ਗਿਆ ਜੋ ਉਹਦਾ, ਇਹਦਾ ਭਾਰੀ ਬਹੁਤ ਜ਼ਿਆਦਾ ਹੈ।
ਰਜਾਈ ਵਰਗਾ ਸੀ, ਪੂਰਾ ਸਿਆ ਰਜਾਈ ਨਹੀਂ ਲਈ, ਇਹ ਕੰਬਲ ਹੀ ਰੱਖੇ। ਠੀਕ ਹੈ ਜੀ, ਫਿਰ ਕੱਲ੍ਹ ਨੂੰ ਨਵੇਂ ਵਲੋਗ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਠੀਕ ਹੈ ਜੀ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ, ਬਾਏ। ਆਓ ਸੀ ਖਰਾਬ ਸੀ ਕਿੰਨੇ ਕੁਛ ਹੋ